ਕਦੋਂ ਹੋਇਆ ਤੁਹਾਡਾ ਮਿੰਨੀ ਗੈਸਟ੍ਰਿਕ ਬਾਈਪਾਸ? ਕਿੰਨੀ ਦੇਰ ਹੋ ਗਈ? ਡੇਢ ਸਾਲ ਹੋ ਗਿਆ ਜੀ। ਕਿੰਨਾ ਵਜ਼ਨ ਸੀ ਤੁਹਾਡਾ ਉਦੋਂ? 137 ਸੀ। ਹੋਰ ਕੀ ਪ੍ਰੋਬਲਮ ਸੀਗੀਆਂ ਤੁਹਾਨੂੰ? ਸ਼ੂਗਰ ਸੀ, ਡਾਇਬੀਟਿਕਸ ਸੀ। ਅੱਛਾ ਜੀ। ਹਾਈ ਬਲੱਡ ਪ੍ਰੈਸ਼ਰ ਸੀ। ਡਾਇਬੀਟਿਸ ਕਿੰਨੀ ਪੁਰਾਣੀ ਸੀ ਤੁਹਾਡੀ? 2-3 ਸਾਲ ਹੋ ਗਏ ਸੀ। ਅੱਛਾ ਜੀ। ਤੇ ਕਿਸ ਤਰ੍ਹਾਂ, ਕਿੰਨੀਆਂ ਟੈਬਲੇਟਸ ਵਗੈਰਾ ਲੈਂਦੇ ਸੀ ਤੁਸੀਂ ਸ਼ੂਗਰ ਲਈ? ਕਿਸ ਤਰ੍ਹਾਂ ਰਹਿੰਦਾ ਸੀ ਕੰਟਰੋਲ ਤੁਹਾਡਾ? ਇੱਕ ਟੈਬਲੇਟ ਡੇਲੀ ਲੈਂਦੇ। ਸੋ ਟੋਟਲ ਕਿੰਨਾ ਘਟ ਗਿਆ? 55 ਕੇਜੀਸ ਘਟ ਗਿਆ। ਅੱਛਾ, ਕਿੱਦਾਂ ਫੀਲ ਕਰਦੇ ਹੋ ਤੁਸੀਂ ਜੇ ਪਹਿਲਾਂ ਦੇ ਮੁਕਾਬਲੇ? ਬਹੁਤ ਅੱਛਾ ਫੀਲ, ਜਿਸ ਤਰ੍ਹਾਂ ਨਵੀਂ ਲਾਈਫ ਮਿਲ ਜਾਵੇ। ਨਵੀਂ ਲਾਈਫ ਦਾ ਲੱਗਦਾ? ਪਹਿਲਾਂ ਚੱਲ ਫਿਰ ਨਹੀਂ ਸਕਦੀ ਸੀ, ਬਹੁਤ ਸਾਹ ਚੜਦਾ ਸੀ। ਅੱਛਾ ਜੀ। ਇਨਸਾਨ ਮਤਲਬ ਹੁਣ ਕਿੰਨਾ ਚੱਲ ਫਿਰ ਸਕਦੇ ਆ? ਜਿੰਨਾ ਚੱਲ ਲੈਣੀ, ਨਾਰਮਲ ਚੱਲਦੇ ਆ। ਅੱਛਾ, ਡਾਇਟ ਦਾ ਦੱਸੋ, ਕਿੰਨਾ ਖਾ ਸਕਦੇ ਆ ਇੱਕ ਟਾਈਮ ਤੇ, ਕਿੰਨਾ ਖਾ ਲੈਂਦੇ ਆ? ਨਾਰਮਲ ਡਾਇਟ ਜਿੰਨਾ ਨਾਰਮਲ ਲੈਂਦੇ ਨੇ ਸਾਰੇ, ਉਹਨਾਂ ਲੈ ਲੈਣੀ ਆ, ਦੋ ਫੁਲਕੇ ਖਾ। ਦੋ ਫੁਲਕੇ ਖਾ ਲੈਂਦੇ ਆ। ਅੱਛਾ, ਭੁੱਖ ਠੀਕ ਲੱਗਦੀ ਹੈ? ਅੱਛਾ, ਜਿਹੜੀ ਸਭ ਤੋਂ ਇੰਪੋਰਟੈਂਟ ਆਪਾਂ ਅੱਜ ਤੁਹਾਡੇ ਨਾਲ ਡਿਸਕਸ਼ਨ ਕਰਨੀ ਆ ਉਹ ਲਿਵਰ ਬਾਰੇ ਆ। ਬੇਸਿਕਲੀ ਜਿਹੜੇ ਮੋਟਾਪੇ ਵਾਲੇ ਪੇਸ਼ੈਂਟਸ ਆ, ਇਹਨਾਂ ਦੇ ਵਿੱਚ ਨਵੀਂ ਇੱਕ ਬਿਮਾਰੀ ਸਾਹਮਣੇ ਨਜ਼ਰ ਆ ਰਹੀ ਹੈ ਸਾਡੇ। 100 ਚੋਂ 1-2 ਕੇਸਿਸ 'ਚ ਸਾਡੇ ਨਾਲ ਇਸ ਤਰ੍ਹਾਂ ਹੋ ਜਾਂਦਾ ਕਿ ਅਸੀਂ ਦੂਰਬੀਨ ਅੰਦਰ ਪਾਉਂਦੇ ਹਾਂ, ਦੇਖਦੇ ਹਾਂ ਲਿਵਰ ਜਿਹੜਾ ਹੈਗਾ ਉਹ ਅੱਛਾ ਨਹੀਂ ਹੈ, ਲਿਵਰ ਸੁੰਗੜਿਆ ਹੁੰਦਾ। ਜਿਸ ਤਰ੍ਹਾਂ ਸ਼ਰਾਬ ਪੀਣ ਨਾਲ 20 ਸਾਲ ਕਿਸੇ ਨੇ ਡੇਲੀ ਇੱਕ ਬੋਟਲ ਪੀਤੀ ਹੋਵੇ, ਉਸ ਤਰ੍ਹਾਂ ਲਿਵਰ ਸ਼ਰਿੰਕ ਕਰ ਗਿਆ। ਪਹਿਲਾਂ ਅਸੀਂ ਦੇਖਦੇ ਸੀ ਕਿ ਵਟਸ ਦਾ ਰੀਜ਼ਨ, ਕਿ ਲੇਡੀ ਆ ਕਦੀ ਸ਼ਰਾਬ ਪੀਤੀ ਨਹੀਂ ਤਾਂ ਲਿਵਰ ਨੂੰ ਕੀ ਹੋ ਗਿਆ। ਬੇਸਿਕਲੀ ਇਹ ਫੈਟ ਹੈ, ਇੰਨੀ ਫੈਟ ਸੀ ਉਹ ਫੈਟ ਲਿਵਰ ਦੇ ਵਿੱਚ, ਆਪਾਂ ਸੁਣਦੇ ਨਾ ਫੈਟੀ ਲਿਵਰ, ਫੈਟੀ ਲਿਵਰ ਇਜ਼ ਸੱਚ ਅ ਕਾਮਨ ਟਰਮ, ਐਵਰੀਬਡੀ ਨੋਜ਼ ਕਿ ਫੈਟੀ ਲਿਵਰ ਹੁੰਦਾ ਜੀ, ਅਲਟਰਾਸਾਊਂਡ ਕਰਾਉਂਦੇ ਹਾਂ ਫੈਟੀ ਲਿਵਰ। ਜੇ ਇੰਨੀ ਚਰਬੀ ਇੱਥੇ ਹੈ ਤਾਂ ਫੈਟ ਲਿਵਰ ਦੇ ਵਿੱਚ ਤਾਂ ਜਾਣੀ ਹੈ, ਕਿਉਂਕਿ ਲਿਵਰ ਨੇ ਫੈਟ ਸਟੋਰ ਕਰਨੀ। ਉਹ ਜਿਹੜੀ ਫੈਟ ਜਦੋਂ ਲਿਵਰ 'ਚ ਇੰਨੀ ਜਮ੍ਹਾਂ ਹੋ ਜਾਂਦੀ ਹੈ, ਫੈਟ ਲਿਵਰ ਨੂੰ ਪਲੱਗ ਕਰ ਦਿੰਦੀ ਹੈ, ਇਹਨੂੰ ਫੈਟੀ ਲਿਵਰ ਕਹਿੰਦੇ ਆ। ਉਸ ਤੋਂ ਜਿਹੜੀ ਨੈਕਸਟ ਸਟੇਜ ਆ, ਫਿਰ ਉਹ ਸਿਰੋਸਿਸ ਵੱਲ ਆਉਣਾ ਸ਼ੁਰੂ ਹੋ ਜਾਂਦਾ, ਕਿਉਂਕਿ ਉਹ ਫੈਟ ਜਾਮ ਕਰ ਦਿੰਦੀ ਲਿਵਰ ਨੂੰ। ਇਹਨੂੰ ਨੈਸ਼ ਕਿਹਾ ਜਾਂਦਾ, ਬਿਮਾਰੀ ਦਾ ਨਾਮ ਹੈ ਨੈਸ਼, ਨੋਨ ਐਲਕੋਹਲਿਕ ਸਟੇਟੋਟਿਕ ਹੈਪੇਟਾਈਟਸ। ਅੱਛਾ, ਫਿਰ ਸਵਾਲ ਇਹ ਆਉਂਦਾ ਕਿ ਓਪਰੇਸ਼ਨ ਮਰੀਜ਼ ਦਾ ਕਰੀਏ ਜਾਂ ਓਪਰੇਸ਼ਨ ਨਾ ਕਰੀਏ, ਜਦੋਂ ਅਸੀਂ ਦੂਰਬੀਨ ਪਾ ਕੇ ਦੇਖਿਆ ਕਿ ਲਿਵਰ ਸੁੰਗੜਿਆ। ਉਹਦੇ 'ਚ ਅਸੀਂ ਇਹ ਦੇਖਦੇ ਹਾਂ ਕਿ ਉਹਨਾਂ ਮੌਕੇ 'ਤੇ ਅਸੀਂ ਡਿਸਾਈਡ ਕਰ ਸਕਦੇ ਹਾਂ ਬਾਇਓਪਸੀ ਲੈ ਕੇ, ਕਿ ਜੇ ਤਾਂ ਲਿਵਰ ਸਾਨੂੰ ਲੱਗਿਆ ਕਿ ਬਿਲਕੁਲ ਹੀ ਗੋਨ ਕੇਸ ਆ, ਸਿਰੋਸਿਸ ਐਸਟੈਬਲਿਸ਼ ਹੋ ਚੁੱਕਿਆ, ਦੈਨ ਵੀ ਡੋਂਟ ਡੂ ਐਨੀਥਿੰਗ। ਫਿਰ ਤਾਂ ਕਈ ਪੇਸ਼ੈਂਟਸ ਲਿਵਰ ਟ੍ਰਾਂਸਪਲਾਂਟ ਵੀ ਰਿਕਮੈਂਡ ਕਰੀਦਾ ਕਿ ਤੁਸੀਂ, ਜਦੋਂ ਹੌਲੀ ਹੌਲੀ ਕਰਕੇ ਉਹਨਾਂ ਦਾ ਨਾ ਫਿਰ ਜੌਂਡਿਸ ਹੋਣਾ ਸ਼ੁਰੂ ਹੋ ਜਾਂਦਾ, ਅਤੇ ਲਿਵਰ ਚੇਂਜ ਕਰਕੇ ਹੀ ਸਲਿਊਸ਼ਨ ਹੈ। ਬਟ ਜੇ ਪੂਰੀ ਤਰ੍ਹਾਂ ਲਿਵਰ ਖਰਾਬ ਨਹੀਂ ਹੋਇਆ, ਆਪਾਂ ਕੀ ਹੈ ਕਿ ਹਜੇ 30-40% ਹਜੇ ਹੈਗਾ, ਬਟ ਦੇਖਣ ਨੂੰ ਇੱਦਾਂ ਲੱਗਦਾ ਕਿ ਕਾਫੀ ਖਰਾਬ ਹੈ, ਫਿਰ ਅਸੀਂ ਓਪਰੇਸ਼ਨ ਕਰ ਦਿੰਦੇ ਹਾਂ। ਜਦੋਂ ਤੁਹਾਡਾ ਵਜ਼ਨ ਘਟਦਾ, ਸਾਰੀ ਚਰਬੀ ਨਿਕਲ ਗਈ, ਅਜੇ ਵੀ ਤੁਹਾਡੀ ਰਿਪੋਰਟ ਸ਼ੋ ਕਰ ਰਹੀ ਹੈ ਫੈਟੀ ਲਿਵਰ। ਸੋ ਮਾਈਲਡ ਹੈਪੇਟੋਮੈਗੈਲੀ ਵਿਦ ਫੈਟੀ ਲਿਵਰ, ਹੈਪੇਟੋਮੈਗੈਲੀ ਮੀਨਸ ਕਿ ਲਿਵਰ ਦਾ ਸਾਈਜ਼ ਵੱਡਾ, ਅਲਟਰਾਸਾਊਂਡ 'ਚ ਤਾਂ ਨਜ਼ਰ ਆ ਜਾਂਦਾ ਕਿ ਇਹ ਵੱਡਾ ਹੈ ਜਾਂ ਨਹੀਂ ਹੈ, ਜਿੱਦਾਂ ਅਸੀਂ ਦੂਰਬੀਨ ਪਾ ਕੇ ਵੀ ਦੇਖਿਆ ਅਸੀਂ ਆਪਣੇ ਰਿਕਾਰਡ 'ਚ ਵੀ ਸਾਡੇ ਹੈਗਾ। ਈਵਨ ਐਟ ਦੈਟ ਟਾਈਮ ਤੁਹਾਡਾ ਜਿਹੜਾ ਫੈਟੀ ਲਿਵਰ ਜਿਹੜਾ ਹੁਣ ਗ੍ਰੇਡ 2 ਹੈ, ਦੈਟ ਵਾਜ਼ ਮੋਰ ਦੈਨ ਗ੍ਰੇਡ 3 ਐਟ ਦੈਟ ਟਾਈਮ। ਸੋ ਫੈਟੀ ਲਿਵਰ ਹਜੇ ਵੀ ਹੈਗਾ, ਬਟ ਜਿਹੜਾ ਲਿਵਰ ਦੀ ਕੋਰਸ ਨੇ ਇਹਨਾਂ ਨੇ ਲਿਖਿਆ ਡਿਫਿਊਜ਼ ਪੇਰੈਨਕਾਈਮਲ ਕੋਰਸ ਨੇ, ਇਹਦਾ ਮਤਲਬ ਹੈ ਕੋਰਸ ਹੋ ਜਾਣਾ, ਜਿਸ ਤਰ੍ਹਾਂ ਇਹ ਸ਼ੀਸ਼ਾ ਸਾਫ਼ ਹੈ ਇਹ ਖੁਰਦਰਾ ਹੋ ਗਿਆ। ਇਹ ਚੀਜ਼ ਸਾਨੂੰ ਓਪਰੇਸ਼ਨ ਦੇ ਵਿੱਚ ਬਹੁਤ ਵਧੀਆ ਨਜ਼ਰ ਆਉਂਦੀ ਹੈ, ਜਿੱਦਾਂ ਆਪਾਂ ਲਿਵਰ ਦੇਖਦੇ ਨਾ ਕਿ ਜੀ ਬਿਲਕੁਲ ਰੈੱਡ ਕਲਰ ਦਾ ਸਮੂਥ ਲਿਸ਼ਕਦਾ ਹੁੰਦਾ, ਉਹ ਸ਼ਾਈਨ ਖਤਮ ਹੋ ਜਾਂਦੀ ਹੈ, ਕੋਰਸ ਹੋ ਜਾਂਦਾ। ਇਹ ਨਾਰਮਲ ਲਿਵਰ ਹੈ, ਇਹ ਕੋਰਸ ਲਿਵਰ, ਇਸ ਤਰ੍ਹਾਂ ਦਾ ਲਿਵਰ ਨਜ਼ਰ ਆਉਂਦਾ। ਹੁਣ ਇਹ ਵਾਪਸ ਇੱਧਰ ਨੂੰ ਜਾ ਰਿਹਾ ਤੁਹਾਡਾ ਬੈਟਰ ਹੋਣ ਵੱਲ, ਕਿਉਂਕਿ ਇਹ ਚੋਂ ਫੈਟ ਨਿਕਲ ਗਈ। ਇੱਕ ਤਰ੍ਹਾਂ ਦਾ ਅਸੀਂ ਇਹ ਕਹਿ ਸਕਦੇ ਕਿ ਜਿਹੜੀ ਇਹ ਬੈਰੀਆਟ੍ਰਿਕ ਸਰਜਰੀ ਆ, ਜਾਂ ਕਿਸੇ ਵੀ ਤਰੀਕੇ ਨਾਲ ਤੁਸੀਂ ਭਾਰ ਘਟਾ ਲਓ, ਭਾਵੇਂ ਡਾਇਟਿੰਗ ਨਾਲ ਘਟਾ ਲਓ, ਤਾਂ ਤੁਹਾਡਾ ਜਿਹੜਾ ਲਿਵਰ ਆ ਉਹ 80% ਬੈਟਰ ਹੋ ਗਿਆ। ਪਰ ਹਜੇ ਵੀ ਉਹ ਨਿਸ਼ਾਨ ਜਿਹੜੇ ਨੇ, ਉਹ ਜਿਹੜੀ ਕੋਰਸਨੈਸ ਹੈ, ਜਿਹੜੇ ਸਕਾਰਿੰਗ ਹੈ, ਉਹ ਹਮੇਸ਼ਾ ਨਜ਼ਰ ਆਉਂਦੀ ਰਹੇਗੀ ਇਹਦੇ 'ਤੇ। ਬਟ ਵਟ ਵੀ ਸੀ ਇਜ਼ ਇਨ ਯੂਅਰ ਕੇਸ ਨਾਓ ਯੂ ਆਰ ਵੈਰੀ ਸੇਫ, ਕਿਉਂਕਿ ਇੰਨਾ ਤੁਹਾਡਾ ਫੈਟ ਨਿਕਲ ਚੁੱਕੀ ਹੈ, ਔਰ ਇਸ ਕਰਕੇ ਤੁਹਾਡਾ ਜਿਹੜਾ ਇਹ ਆਉਣ ਵਾਲੇ ਟਾਈਮ ਦੇ ਵਿੱਚ ਲਿਵਰ ਤੁਹਾਡਾ ਠੀਕ ਰਹੇਗਾ। ਹਾਂਜੀ,
ਹੋਰ ਬੈਟਰ ਹੋ ਜਾਏਗਾ ਜੇ ਤੁਹਾਡਾ 10 ਕਿਲੋ ਹੋਰ ਵੇਟ ਘਟਾ ਲੈਂਦੇ ਹਾਂ ਹੋਰ ਬੈਟਰ ਹੋ ਜਾਏਗਾ ਬਟ ਐਟ ਦਾ ਸੇਮ ਟਾਈਮ ਦੇਰ ਇਜ਼ ਅਨਦਰ ਪ੍ਰੋਬਲਮ ਆਲਸੋ ਵਿਚ ਕੈਨ ਕਮ ਅਪ ਜੇ ਤੁਹਾਡੀ ਡਾਇਟ ਪ੍ਰੋਪਰ ਨਾ ਹੋਵੇ ਜਿੱਦਾਂ ਮੈਲ ਨਰਿਸ਼ਮੈਂਟ ਹੋ ਜਾਵੇ ਮੈਲ ਨਰਿਸ਼ਮੈਂਟ ਜੇ ਜਿਵੇਂ ਮੈਂ ਤੁਹਾਨੂੰ ਪੁੱਛਿਆ ਤੁਸੀਂ ਡਾਇਟ 2 ਫੁਲਕੇ ਖਾ ਲੈਂਦੇ ਹਾਂ ਦੁੱਧ ਪੀ ਲੈਂਦੇ ਹਾਂ ਡਾਇਟ ਤੁਸੀਂ ਠੀਕ ਲੈ ਲੈਂਦੇ ਹਾਂ ਕਿਉਂਕਿ ਜਿਹੜਾ ਇਹ ਮਿੰਨੀ ਗੈਸਟ੍ਰਿਕ ਬਾਈਪਾਸ ਹੈਗਾ ਨਾ ਇਹਦੇ 'ਚ ਕੀ ਤੁਹਾਡਾ ਪਾਊਚ ਅਸੀਂ ਵੱਡਾ ਬਣਾਇਆ ਹੋਇਆ ਇਹਦੇ 'ਚ ਥੈਲੀ ਵੱਡੀ ਆ ਮੂੰਹ ਖੁੱਲ੍ਹਾ ਕਦੀ ਵੋਮਿਟ ਵਗੈਰਾ ਤਾਂ ਨਹੀਂ ਆਉਂਦੀ ਸੋ ਤੁਸੀਂ ਜਿਵੇਂ ਇਹ ਦੱਸਿਆ ਕਿ ਨੋਰਮਲ ਪੇਸ਼ੈਂਟ ਵਾਂਗੂ ਖਾ ਲੈਂਦੇ ਹਾਂ ਆਮ ਲੋਕਾਂ ਵਾਂਗੂ ਖਾ ਲੈਂਦੇ ਕੋਈ ਦੱਸ ਨਹੀਂ ਸਕਦਾ ਕਿ ਆਪਰੇਸ਼ਨ ਹੋਇਆ ਜਾਂ ਨਹੀਂ ਇਹ ਇਸ ਲਈ ਪੇਨ ਕਿਲਰ ਨਹੀਂ ਲੈਣਾ 60% ਤੋਂ ਆ ਗਿਆ ਠੀਕ ਹੈ 20% ਔਰ ਆ ਜਾਏਗਾ 100% ਕਭੀ ਨਹੀਂ ਆਏਗਾ ਠੀਕ ਹੈ 80 ਸੇ ਹਮਾਰਾ ਕੰਮ ਬੜੀਆ ਚੱਲ ਜਾਏਗਾ ਲੇਕਿਨ ਔਰ ਖਰਾਬ ਨਾ ਹੋ ਉਸਸੇ ਬਚਨੇ ਕੇ ਲੀਏ ਪੇਨ ਕਿਲਰਸ ਨਹੀਂ ਲੈਣੇ ਠੀਕ ਹੈ।